ਮਾਨ ਚਾਹੁੰਦਾ ਕਰ ਰਹੇ ਆਪਸੀ ਭਾਈਚਾਰਾ ਚਾਹੁੰਦਾ ਔਰ ਮੈਂ ਤੁਹਾਡੇ ਰਾਹੀਂ ਇਹ ਸੰਦੇਸ਼ ਬਾਬੇ ਨਾਨਕ ਦੇ ਫਲਸਫੇ ਦਾ ਪਹੁੰਚਾਉਣਾ ਮੇਰੀ ਕੋਈ ਔਕਾਤ ਨਹੀਂ ਮੇਰੀ ਬੰਦਗੀ ਹੀ ਮੇਰੀ ਤਾਕਤ ਹੈ ਔਰ ਮੈਂ ਆਸ ਕਰਦਾ ਕਿ ਤੁਹਾਡੇ ਰਾਹੀਂ ਇਹ ਬੂਹੇ ਬਾਰੀਆਂ ਖੁੱਲਣਗੀਆਂ ਤੇ ਬੂਹੇ ਬਾਰੀਆਂ ਚੋਂ ਉਹਦੇ ਜੰਗਲਾਂ ਦੇ ਉੱਤੇ ਬਰਸਾਤ ਕਰੀਏ ਉਹ ਲਾਂਘਾ ਖੁੱਲਿਆ ਬਾਬੇ ਦੇ ਨਾਂ ਦੇ ਉੱਤੇ ਇੱਕ ਨਵੀਂ ਸ਼ੁਰੂਆਤ ਕਰੀਏ ਬਾਬੇ ਦੇ ਨਾਂ ਦੇ ਉੱਤੇ ਇੱਕ ਨਵੀਂ ਸ਼ੁਰੂਆਤ ਕਰੀਏ ਪੈਰ ਲੱਗ ਰਹੀ ਤੇ ਮੈਂ ਇਹੀ ਅਰਦਾਸ ਕਰਦਾ ਕਿ ਮੇਰੀ ਇਹ ਅਰਦਾਸ ਕਬੂਲ ਹੋਵੇ ਕਿਉਂਕਿ ਜਿਹੜੇ ਪਾਸਪੋਰਟ ਵਾਲੇ ਆ ਉਹਨਾਂ ਦੀ ਤਾਂ ਸ਼ਨਾਖਤ ਹੋਈ ਹੋਈ ਹੈ ਉਹਨਾਂ ਦੀ ਤਾਂ SSPਾਂ ਨੇ ਸ਼ਨਾਖਤ ਕੀਤੀ ਹੈ ਭਾਈ ਉਹਨਾਂ ਨੂੰ ਕਿਉਂ ਰੋਕਦੇ ਹੋ ਜਦੋਂ ਯੂਰਪ ਦੇ ਵਿੱਚ ਜੰਗ ਹੋਈ ਇਹ ਹਿਸਟਰੀ ਦੇ ਸਾਨੂੰ ਲੈਸਨ ਨੇ ਜਦੋਂ ਯੂਰਪ ਦੇ ਵਿੱਚ ਜੰਗ ਹੋਈ ਤੇ ਇਟਲੀ ਜਰਮਨੀ ਤਸ਼ੱਦਦ ਕਰਦੇ ਰਹੇ ਪੋਲੈਂਡ ਸਕੈਂਡੀਨੇਵੀਆ ਇੰਗਲੈਂਡ ਫਰਾਂਸ ਦੇ ਉੱਤੇ ਚੜ੍ਹਾਈਆਂ ਕਰਦੇ ਰਹੇ ਕਰੋੜਾਂ ਜਾਨਾਂ ਗਈਆਂ ਖਰਬਾਂ ਦਾ ਨੁਕਸਾਨ ਹੋਇਆ ਬੰਬ ਸਿੱਟੇ ਗਏ ਤੇ ਜਦੋਂ ਜੰਗ ਖਤਮ ਹੋਈ ਵਿਨਾਸ਼ ਖਤਮ ਹੋਇਆ ਤੇ ਸੋਝੀ ਆਈ ਉਹਨਾਂ ਕੀ ਕੀਤਾ ਸਾਰੇ ਯੂਰਪ ਨੇ ਇੱਕ ਵੀਜ਼ੇ 'ਤੇ ਬਾਰਡਰ ਖੋਲ੍ਹ ਦਿੱਤੇ ਤੁਸੀਂ ਪਾਸਪੋਰਟ ਵਿਖਾਓ ਇੰਗਲੈਂਡ ਤੋਂ ਫਰਾਂਸ ਫਰਾਂਸ ਤੋਂ ਆਸਟਰੀਆ ਆਸਟਰੀਆ ਤੋਂ ਪੋਲੈਂਡ ਜਿੱਧਰ ਮਰਜ਼ੀ ਜਾਓ ਬਰਕਤ ਆਈ ਇੱਕ ਕਰੰਸੀ ਬਣਾਈ ਯੂਰੋ ਅੱਜ ਉਹ ਤਗੜੀ ਜ਼ਬਰਦਸਤ ਕਰੰਸੀ ਅਤੇ ਭਾਈ ਏਸ਼ੀਆ ਤੋਂ ਸਾਡੇ ਤਾਂ ਭਗਤ ਸਿੰਘ ਸਾਂਝੇ ਮਹਾਰਾਜਾ ਰਣਜੀਤ ਸਿੰਘ ਸਾਂਝੇ ਅਤੇ ਭਾਈ ਕੱਚ ਪਨੰਸਲਾ ਤੋਂ ਲੈ ਕੇ ਬੰਗਲਾਦੇਸ਼ ਤੱਕ ਸਿਲਕਨ ਰੂਟ 34 ਦੇਸ਼ਾਂ ਦਾ ਵਪਾਰ ਉਹ ਸਾਡੀ ਗੋਭੀ ਇੱਕ ਮਿੰਟ ਸਾਡੀ ਗੋਭੀ ਹਰ ਧਰਮ ਦੇ ਲੋਕ ਤ੍ਰਿਪਤ ਹੋਏ ਸ਼ੁਕਰਾਨਾ ਕਰਨ ਆਇਆ ਨਜ਼ਰਾਨਾ ਦੇਣ ਆਇਆ ਔਰ ਇਹ ਕਹਿਣ ਆਇਆ ਕਿ ਇਸ ਨਵਜੋਤ ਸਿੰਘ ਸਿੱਧੂ ਦੀਆਂ 21 ਪੁਸ਼ਤਾਂ ਡਾਕੀਆ ਬਣਾ ਕੇ ਬਾਬਾ ਜੀ ਨੇ ਤਾਰਤੀ ਨਾ ਮੇਰੀ ਕੋਈ ਔਕਾਤ ਸਰ ਮੱਥੇ ਲਾਏ ਯਾਰ ਨਾ ਜਗਤਗੁਰੂ ਧਰਮਾਂ ਚ ਨਹੀਂ ਵੰਡਦੇ ਉਹ ਕਹਿੰਦੇ ਮਾਨਸ ਕੀ ਜਾਤ ਸਭ ਹੈ ਇਹ ਕਹਿ ਪਹਿਚਾਨ ਚੌ ਵਰਨਾ ਨੂੰ ਖੁੱਲਾ ਅਵਲ ਅੱਲਾ ਨੂਰ ਉਪਾਇਆ ਕੁਦਰਤ ਦੇ ਸਭ ਬੰਦੇ ਇੱਕ ਨੂਰ ਤੇ ਸਭ ਜਗ ਉੱਪਰ ਕੌਣ ਭਲੇ ਇਸ ਕਰਕੇ ਮੈਂ ਵਜ਼ੀਰ ਆਜ਼ਮ ਦਾ ਤਹਿ ਦਿਲੋਂ ਧੰਨਵਾਦ ਕਰਦਾ ਉਹਨਾਂ ਪਹਿਲ ਕੀਤੀ ਉਹ ਇੱਕ ਕਦਮ ਤੁਰੇ ਤੇ ਦੂਜੇ ਪਾਸੋਂ ਦੋ ਕਦਮ ਤੁਰ ਕੇ ਇਹ ਸਾਰੀ ਮਾਨਵਤਾ ਨੂੰ ਤਾਰ ਦਿੱਤਾ ਮੈਂ ਪਹਿਲਾਂ ਵੀ ਕਹਿੰਦਾ ਸੀ ਜਿਹੜਾ ਲਾਂਘੇ ਦੇ ਲਈ ਖੜੂਗਾ ਉਹ ਲੱਖ ਦਾ ਜਿਹਨੇ ਤਨਕੀਦ ਕੀਤੀ ਉਹ ਕੱਖ ਦਾ ਤੇ ਹੋ ਗਏ ਉਹ ਕੱਖ ਦੇ ਹੁਣ ਮੈਂ ਇਸ ਗੱਲ ਨੂੰ ਅੱਗੇ ਵਧਾਉਣਾ ਚਾਹੁੰਦਾ ਯਾਰ ਭਾਈ ਇਸ ਗੱਲ ਨੂੰ ਯਾਰ ਮੇਰਾ ਫਰੇਮ ਤੋਂ ਨਾ ਸਾਫ ਕਰ ਸ਼ਾਇਰ ਦੀ ਨਜ਼ਰੋਂ ਮੈਂ ਅੱਗੇ ਵਧਾਉਣਾ ਚਾਹੁੰਦਾ ਔਰ ਉਹ ਮੰਗ ਮੈਂ ਪਿਛਲੀ ਵਾਰ ਵੀ ਰੱਖੀ ਸੀ ਪੌਣੀ ਸਦੀ ਪਹਿਲਾਂ ਧਿਆਨ ਨਾਲ ਸੁਣਨਾ ਮੇਰਾ ਨਾ ਅੱਜ ਦਾ ਸੁਨੇਹਾ ਇਹੀ ਹੋਇਆ ਪੌਣੀ ਸਦੀ ਪਹਿਲਾਂ ਵਿਹੜੇ ਵਿੱਚ ਕੱਢ ਲਈਆਂ ਕੰਧਾਂ ਪੌਣੀ ਸਦੀ ਪਹਿਲਾਂ ਵਿਹੜੇ ਵਿੱਚ ਕੱਢ ਲਈਆਂ ਕੰਧਾਂ ਚਲੋ ਕੱਢ ਲਈਆਂ ਕੰਧਾਂ ਹੁਣ ਕੀ ਸਲਾਹਾਂ ਜਾਂ ਮੈਂ ਨਿੰਦਾ ਚਲੋ ਕੱਢ ਲਈਆਂ ਕੰਧਾਂ ਹੁਣ ਕੀ ਸਲਾਹਾਂ ਜਾਂ ਮੈਂ ਨਿੰਦਾ ਪਰ ਇੱਕ ਗੱਲ ਆਖਣੀ ਜ਼ਰੂਰ ਚਾਹੁੰਦਾ ਖਾਸ ਪਰ ਇੱਕ ਗੱਲ ਆਖਣੀ ਜ਼ਰੂਰ ਚਾਹੁੰਦਾ ਖਾਸ ਇਹਨੂੰ ਆਖ ਲਓ ਦੁਆ ਮੇਰੀ ਜਾਂ ਕਹਿ ਲਓ ਅਰਦਾਸ ਜਾਂ ਕਹਿ ਲਓ ਅਰਦਾਸ ਤੇ ਉਹ ਗੱਲ ਇਹ ਹੈ ਤੇ ਉਹ ਗੱਲ ਇਹ ਹੈ ਕਿ ਕੰਧਾਂ ਹੋਣ ਉੱਤੇ ਮੂਰਤਾਂ ਪਿਆਰਿਆਂ ਦੀਆਂ ਕੰਧਾਂ ਹੋਣ ਉੱਤੇ ਮੂਰਤਾਂ ਪਿਆਰੀਆਂ ਵੀ ਹੋਣ ਕੰਧਾਂ ਅੰਨੀਆਂ ਨਾ ਹੋਣ ਉਹ ਕੰਧਾਂ ਅੰਨੀਆਂ ਨਾ ਹੋਣ ਬੂਹੇ ਬਾਰੀਆਂ ਵੀ ਹੋਣ ਬੂਹੇ ਬਾਰੀਆਂ ਕੰਧਾਂ ਹੋਣ ਉੱਤੇ
ਮੂਰਤਾਂ ਪਿਆਰੀਆਂ ਵੀ ਹੋਣ ਕੰਧਾਂ ਅੰਨੀਆਂ ਨਾ ਹੋਣ ਉਹ ਕੰਧਾਂ ਅੰਨੀਆਂ ਨਾ ਹੋਣ ਬੂਹੇ ਬਾਰੀਆਂ ਵੀ ਹੋਣ ਬੂਹੇ ਬਾਰੀਆਂ ਵੀ ਹੋਣ ਤੇ ਬੂਹੇ ਬਾਰੀਆਂ ਚੋਂ ਲੰਘ ਆਵੇ ਦੋਸਤੀ ਤੇ ਪਿਆਰ ਤੇ ਬੂਹੇ ਬਾਰੀਆਂ ਚੋਂ ਲੰਘ ਆਵੇ ਦੋਸਤੀ ਤੇ ਪਿਆਰ ਸਾਡਾ ਮੇਲ ਜੋਲ ਹੋਵੇ ਯਾਰੋ ਉਹ ਸਾਡਾ ਮੇਲ ਜੋਲ ਹੋਵੇ ਚੱਲੇ ਵਣਜ ਵਪਾਰ साकार कर दी है मोबाइल मैं आपको दे दूंगा वाजपेयी साहब इत प्यार मोहब्बत भी नहीं है बस लेके आए सी ਦੋਵੇਂ ਪੰਜਾਬ ਪੱਪਾ ਭਾਰ ਹੋ ਗਏ ਸੀ ਕਿ ਨਹੀਂ ਹੋ ਗਏ ਸਾਰੇ ਖੁਸ਼ ਸੀ ਸਾਰੇ ਖੁਸ਼ੀਆਂ ਮਨਾਉਂਦੇ ਸੀ ਕਿਉਂ ਕਾਰਡ ਵਿੱਚੋਂ ਕਿਉਂਕਿ ਤਾਂ ਬਟਵਾ ਕੱਢ ਲੈ ਮੇਰਾ ਔਰ ਅੱਜ ਮੈਂ ਇੱਥੇ ਖੜੋ ਕੇ ਕਹਿਣਾ ਬਟਵਾ ਕੱਢ ਲੈ ਮੇਰਾ ਕਿ ਜਿਸ ਤਰ੍ਹਾਂ ਦੇ ਤੁਹਾਡੇ ਵਜ਼ੀਰ ਆਜ਼ਮ ਨੇ ਜਿਸ ਤਰ੍ਹਾਂ ਦੀ ਉਹਨਾਂ ਨੇ ਦਾਨਿਸ਼ਮੰਦ ਸੋਚ ਦਿਖਾਈ ਹੈ ਉਹ ਇਸ ਪੁਕਾਰ ਨੂੰ ਵੀ ਸੁਣਨਗੇ ਇਹ ਜਿਹੜਾ ਸਪਿਰਚੁਅਲ ਰਿਲੀਜੀਅਸ ਟੂਰਿਜ਼ਮ ਹੈ ਮੈਡੀਕਲ ਟੂਰਿਜ਼ਮ ਹੈ ਇਹ ਦੇਸ਼ਾਂ ਦੀ ਇਹ ਮੁਕੱਦਰ ਬਦਲ ਸਕਦਾ ਹੈ ਮੈਂ ਕਹਿੰਦਾ ਕਿ ਜਿਹੜੇ ਸਾਡੇ ਹਿੰਦੂ ਮੰਦਿਰ ਨੇ ਜਿਹੜੇ ਆਸਥਾ ਦੇ ਪੁੰਜ ਹੈ ਉਹ ਵੀ ਖੋਲੇ ਜਾ ਉਹ ਦਾਨਿਸ਼ਮੰਦ ਹੈ ਉਹ ਪਰਮਾਤਮਾ ਦੀ ਮਿਹਰ ਨੂੰ ਸਮਝਦਾ ਉਹਨੇ ਇਸ ਗੱਲ ਨੂੰ ਵੀ ਸਮਝਣਾ ਤੇ ਮੈਂ ਤੁਹਾਨੂੰ ਕਹਿਣਾ ਕਿ ਅਗਰ ਸਾਡੀ ਤਜਾਰਤ ਖੁੱਲਦੀ ਹੈ ਅਗਰ ਸਾਡੇ ਹੋਰ ਲਾਂਘੇ ਖੁੱਲਦੇ ਨੇ ਔਰ ਗੁਰੂ ਦਾ ਲਾਂਘਾ ਅਸੰਖ ਸੰਭਾਵਨਾਵਾਂ ਦਾ ਲਾਂਘਾ ਭਈ ਯਾਰ ਸਾਡੇ ਕਲਚਰ ਇੱਕ ਨੇ ਸਾਡੀ ਜ਼ਬਾਨ ਇੱਕ ਸਾਡੇ ਪਹਿਰਾਵੇ ਇੱਕ ਨੇ ਮਾਂ ਬੋਲੀ ਪੰਜਾਬੀ ਇੱਕ ਹੈ ਤੇ ਹੋਰ ਸਾਡਾ ਟੌਰ ਟੱਪਾ ਵੀ ਦੋ ਕਰਮ ਘੱਟ ਤੁਰਨਾ ਪਰ ਤੁਰਨਾ ਮਰਕ ਦੇ ਨਾਲ ਕਿਉਂ ਠੀਕ ਹੈ ਨਾ ਤੇ ਫਿਰ ਭਾਈ ਇਹ ਦੂਰੀਆਂ ਮਿਟਾਉਣ ਦੇ ਵਾਸਤੇ ਵਪਾਰ ਖੁੱਲ੍ਹੇ ਭਾਈ ਲਾਲੋ ਨੇ ਕਿਸਾਨ ਇੱਧਰ ਵੀ ਨੇ ਤੇ ਕਿਸਾਨ ਉੱਧਰ ਵੀ ਨੇ ਤੇ ਮੈਂ ਤੁਹਾਨੂੰ ਇਹ ਕਹਿਣਾ ਚਾਹੁੰਦਾ ਕਿ 92 ਜਾਣ ਲੱਗੇ ਸਿਰਫ ਇੱਕੋ ਗੱਲ ਕਹਿਣੀ ਹੈ ਮੁਰਸ਼ਦ ਆਪਣੇ ਦੇ ਦਰ ਤੇ ਮੰਗਣ ਆਇਆ ਇਹੋ ਮੁਰਾਦ ਸਾਡੀ ਝੋਲੀ ਪਾ ਸਾਈਆਂ ਅਮਨ ਤੇ ਇਤਿਹਾਦ ਜੀਵਨ ਸਭ ਮਾਵਾਂ ਦੇ ਬਚੜੇ ਬਾਪੂਆਂ ਦੇ ਦਿਲ ਸ਼ਾਦ ਤੇ ਅਮਨ ਸ਼ਾਂਤੀ ਤੇ ਆਪਸੀ ਭਾਈਚਾਰੇ ਦੀ ਬਾਬੇ ਨਾਨਕ ਦੀ ਵਿਚਾਰਧਾਰਾ ਸਦਾ ਰਹੇ ਆਬਾਦ ਜ਼ਿੰਦਾਬਾਦ 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 ਸਿੱਧੂ ਸਾਹਿਬ ਵੈਲਕਮ ਵੈਲਕਮ ਕੌਣ ਕਰ ਰਿਹਾ ਸਿੱਧੂ ਸਾਹਿਬ